A South Asian Canadian channel. पंजाब विधानसभा चोणां नूं लैके सियासी माहौल पूरी तरह भख्या होया। पंजाब दे चोण प्रचार थम गया। कई दिनों तो लोगों नाल संपर्क कायम कर रहे लीडर हुण कल दा इंतजार कर रहे ने, क्योंकि भलके पंजाब विधानसभा चोणां 2022 लई वोटिंग होनी है। वख-वख पार्टियां दे उम्मीदवार अपने जित दा दावा करदे आ रहे ने, पर इह हुण 10 मार्च नूं ही पता लगेगा कि आखिर किस दी मेहनत सफल होई है। इसे दरमियान पटियाला दे हलका सनौर तो आम आदमी पार्टी दे उम्मीदवार हरमीत सिंह पठान माजरा नूं उस समय वड्डी हिमायत मिली जदों श्रोमणी अकाली दल दे साबका चेयरमैन सुखजिंदर सिंह टांडा वालों उन्हां नूं समर्थन देण दा ऐलान कीता गया। ओके जानकारी दिंदिआं हरमीत सिंह पठान माजरा ने दस्सिया कि अज सुखजिंदर सिंह टांडा दे उन्हां दे हक विच खड़े होण नाल उन्हां नूं वड्डा हुंगारा मिलिया। इस दे नाल ही गल्लबात दौरान उन्हां चंदू माजरा परिवार ते कड़े दोष लाए ते अपने उत्ते होए परचे दे मामले ते बोलदिआं हरमीत पठान माजरा ने कहा कि इह सब सियासत दा हिस्सा है। बहुत वधिया इहनां दा वधिया असर आ हलके च। साबका चेयरमैन रहे आ मामा जी वी साडे, ते बाकी आ वी सियासत नूं गंदी कर रिहा चंदू माजरा परिवार। इस करके जिहड़ा रिश्तेदार आ जिहड़ा हमदर्दी रखदा प्यार रखदा उह ते हमेशा ही मेरे नाल चलणगे सारे। अजे ने अजे होर वी मेरे रिश्तेदार आउणगे, शुरुआत होई आ, अजे शुरुआत होई आ, तुसीं अजे तक 12-14 घंटे पए आ इलैक्शन 'च। जे इहो ना लक्षण रखे, कदी पैफलेट वंडाउंदे आ, कदी कुछ करदे, कदी कुछ करदे आ। मर्दां वाली राजनीती इहनां ने खत्म करती आ चंदू माजरा परिवार ने, ते हुण कोझियां राजनीतियां ते आ गए। ਹਰਮੀਤ ਜੀ ਤੁਹਾਡੇ ਤੇ ਇਲਜ਼ਾਮ ਵੀ ਲੱਗੇ ਨੇਗੇ, ਰੈਲੀ 'ਤੇ ਵੀ ਲੱਗਿਆ ਵੀ ਰੋਕ ਦਿੱਤੀ ਗਈ, ਉਸ ਤੋਂ ਪਹਿਲਾਂ ਮਾਮਲੇ ਵੀ ਦਰਜ ਦੇ ਸਾਹਮਣੇ ਆਇਆ, ਉਹਦਾ ਥੋੜ੍ਹਾ ਜਿਹਾ ਸਾਨੂੰ ਸਪਸ਼ਟੀਕਰਨ ਕਰੇ। ਮੈਂ ਇਸ ਤਰ੍ਹਾਂ ਵੀ ਮੈਨੂੰ ਇੱਕ ਲੀਡਰ ਦਿਖਾ ਦਿਓ ਪੰਜਾਬ 'ਚ ਕੀ ਇੰਡੀਆ 'ਚ ਵੀ ਜਿੱਥੇ ਪਰਚਾ ਦਰਜ ਕੋਈ ਨਹੀਂ ਹੈਗਾ। ਪਰਚੇ ਦਰਜ ਤਾਂ ਸਿਆਸਤ ਦੇ ਬਹੁਤ ਹੁੰਦੇ, ਸਿਆਸਤੀ ਪਰਚੇ ਜਿਹੜੇ ਆ, ਜਦੋਂ ਕਿਸੇ ਦੇ ਨਾਲ ਤੁਸੀਂ ਖੜੋਗੇ ਤੁਹਾਨੂੰ ਸਿਆਸਤ 'ਚ ਕੁਛ ਤਾਂ ਚੱਲਣਾ ਹੀ ਪੈਣਾ ਪਰਚੇ। ਪਰ ਮੇਰੇ ਆਪਣੇ ਨਿੱਜੀ ਪਰਚਾ ਕੋਈ ਨਹੀਂ, ਸਭ ਪਰਚੇ ਜਿਹੜੇ ਮੇਰੇ 'ਤੇ ਸੀ ਉਹ ਸਾਰਿਆਂ 'ਚ ਮੈਂ ਬਰੀ ਹਾਂ। ਜਦੋਂ ਮੈਨੂੰ ਕੋਰਟ ਨੇ ਬਰੀ ਕਰਤਾ ਆ, ਇਹ ਮੇਰੇ 'ਤੇ ਕਿੰਤੂ ਪਰੰਤੂ ਕਰਨ ਵਾਲੇ ਕੌਣ ਹੈ? ਕੋਰਟ ਤੋਂ ਵੱਡੇ ਆ। ਜੇ ਮੇਰਾ ਕੋਈ ਪੈਂਡਿੰਗ ਪਰਚਾ ਆ ਜਾਂ ਮੈਂ ਕਿਸੇ 'ਚੋਂ ਮੈਨੂੰ ਸਜ਼ਾ ਜਾਪਦਾ ਆ, ਫਿਰ ਇਹ ਮੇਰੇ 'ਤੇ ਗੱਲ ਕਰ ਸਕਦੇ ਆ। ਜਿਹੜੀ ਚੀਜ਼ ਨੂੰ ਕੋਰਟ ਨੇ ਜੇ ਝੂਠੇ ਸੀ ਤਾਂ ਹੀ ਮੰਨਿਆ ਕੋਰਟ ਨੇ, ਜਦੋਂ ਮੈਨੂੰ ਕੋਰਟ ਨੇ ਬਰੀ ਕੀਤਾ ਇਹਨਾਂ 'ਚ ਮੇਰੇ 'ਤੇ ਕੋਈ ਚਾਰਜ ਲੱਗਾ ਹੀ ਨਹੀਂ। ਅਤੇ ਇਹ ਤਾਂ ਹੁਣ ਇਹਨਾਂ ਦੀ ਬੁਖਲਾਹਟ ਆ, ਹਾਰ ਦੀ ਦੀ ਇਹਨਾਂ ਨੂੰ ਸ਼ਰਾਬਾਂ ਵੰਡ ਰਿਹਾ, ਮੇਰੇ 'ਤੇ ਦੋਸ਼ ਲਾਉਂਦਾ ਸ਼ਰਾਬਾਂ ਦੇ। ਇਹ ਦਿਨ ਰਾਤ ਸ਼ਰਾਬਾਂ ਦੀਆਂ ਗੱਡੀਆਂ ਵੰਡ ਰਹੇ ਆ। ਜੇ ਨਹੀਂ ਵੰਡਦਾ ਚੰਦੂ ਮਾਜਰੇ ਨੂੰ ਕੋਈ ਗੁਰਦੁਆਰੇ ਵੜ ਕੇ ਦੁੱਖ ਨਿਵਾਰਨ ਕਹਿ ਦੇ ਵੀ ਮੈਂ ਹੀ ਸ਼ਰਾਬ ਬਿਲਕੁਲ ਨਹੀਂ ਵੰਡੀ, ਮੈਂ ਸਿਆਸਤ ਛੱਡ ਦੂੰਗਾ। ਉੱਥੇ ਹੀ ਆਪ ਉਮੀਦਵਾਰ ਨੂੰ ਹਿਮਾਇਤ ਦੇਣ ਪਹੁੰਚੇ ਸੁਖਜਿੰਦਰ ਸਿੰਘ ਟਾਂਡਾ ਨੇ ਕਿਹਾ ਕਿ ਬੇਸ਼ੱਕ ਹਰਮੀਤ ਉਹਨਾਂ ਦਾ ਰਿਸ਼ਤੇਦਾਰ ਵੀ ਹੈ, ਪਰ ਉਹ ਹਲਕੇ ਦਾ ਹੀ ਵਸਨੀਕ ਹੈ ਅਤੇ ਉਮੀਦਵਾਰ ਵੀ ਹੈ, ਇਸ ਲਈ ਉਹ ਉਹਨਾਂ ਨੂੰ ਸਮਰਥਨ ਦੇ ਰਹੇ ਨੇ, ਕਿਉਂਕਿ ਹਲਕੇ ਦੇ ਰਹਿਣ ਵਾਲੇ ਨੂੰ ਹੀ ਹਲਕੇ ਦੀਆਂ ਮੁਸ਼ਕਿਲਾਂ ਦਾ ਪਤਾ ਹੁੰਦਾ ਹੈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸਤੀਫਾ ਦੇ ਚੁੱਕੇ ਨੇ। ਉਹਨਾਂ ਸ਼੍ਰੋਮਣੀ ਅਕਾਲੀ ਦਲ 'ਤੇ ਨਿੱਜੀ ਤੌਰ 'ਤੇ ਸ਼ਬਦੀ ਹਮਲੇ ਕਰਨ ਦੇ ਵੀ ਦੋਸ਼ ਲਗਾਏ। ਹਾਂਜੀ, ਮੈਂ ਸੁਖਜਿੰਦਰ ਸਿੰਘ ਟਾਂਡਾ, ਸਾਬਕਾ ਚੇਅਰਮੈਨ। ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੇ ਰਿਜ਼ਾਈਨ ਕੀਤਾ ਸੀ, ਪਰ ਅੱਜ ਮੈਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਦੁਬਾਰਾ ਜੁਆਇਨ ਹੋ ਰਿਹਾ ਅਤੇ ਆਪਣੇ ਹਰਮੀਤ ਸਿੰਘ ਜੀ ਪਠਾਨ ਮਾਜਰਾ ਜੋ ਸਾਡੇ ਹਲਕੇ ਦਾ ਕੈਂਡੀਡੇਟ ਹੈ ਉਹਦੀ ਹਮਾਇਤ ਕਰਨ ਦਾ ਫੈਸਲਾ ਕੀਤਾ। ਸਰ, ਆਮ ਆਦਮੀ ਪਾਰਟੀ 'ਚ ਐਸੇ ਕੀ ਤੁਹਾਨੂੰ ਲੱਗਿਆ ਵੀ ਜਿਹੜਾ ਅਕਾਲੀ ਦਲ ਛੱਡ ਗਿਆ ਆਮ ਆਦਮੀ ਪਾਰਟੀ ਤੁਸੀਂ ਜੁਆਇਨ ਕੀਤਾ? ਇਹਦੇ ਬਹੁਤ ਸਾਰੇ ਕਾਰਨ ਨੇ। ਸਭ ਤੋਂ ਵੱਡਾ ਮੇਨ ਕਾਰਨ ਤਾਂ ਇਹੀ ਹੈ ਕਿ ਇੱਕ ਤਾਂ ਸਾਡੇ ਹਲਕੇ ਦਾ ਉਮੀਦਵਾਰ ਹੈ। ਅਸੀਂ ਬਹੁਤ ਚਿਰ 'ਚੋਂ ਇਹ ਡਿਮਾਂਡ ਕਰਦੇ ਸੀ ਵੀ ਜੇ ਉਹ ਉਮੀਦਵਾਰ ਆਵੇ ਸਾਡੇ ਸਨੌਰ ਹਲਕੇ ਦਾ ਉਹ ਇਸੇ ਹਲਕੇ ਦਾ ਹੋਵੇ। ਹਲਕੇ ਦੀਆਂ ਬਹੁਤ ਡਿਮਾਂਡਾਂ ਨੇ ਜੋ ਇੱਥੋਂ ਦੇ ਹਲਕੇ ਦੇ ਜੰਮਪਾਲ ਨੂੰ ਪਤਾ ਉਹ ਬਾਹਰ ਦੇ ਬੰਦੇ ਨੂੰ ਨਹੀਂ ਪਤਾ ਹੋ ਸਕਦਾ। ਅਤੇ ਦੂਜਾ ਇੱਕ ਹੋਰ ਵੀ ਸਾਨੂੰ ਗੁੱਸਾ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ 'ਚੋਂ ਮੈਂ ਰਿਜ਼ਾਈਨ ਕਰਕੇ ਆਇਆ, ਉਹਦਾ ਮੇਨ ਰਿਜ਼ਾਈਨ ਕਰਨ ਦਾ ਇੱਕ ਇਹ ਕਾਰਨ ਸੀ ਕਿ ਜਿੱਥੇ ਵੀ ਕਿਤੇ ਅਸੀਂ ਸਟੇਜ 'ਤੇ ਜਾਂਦੇ ਸੀ ਜਾਂ ਜਿੱਥੇ ਜਾਂਦੇ ਸੀ ਉਹ ਪਰਸਨਲੀ ਅਟੈਕ ਉਹ ਹਰਮੀਤ ਸਿੰਘ ਪਠਾਨ ਮਾਜਰਾ 'ਤੇ ਕਰਦੇ ਸੀ। ਉਸ ਗੱਲ ਦਾ ਸਾਨੂੰ ਬਹੁਤ ਗੁੱਸਾ ਹੈ, ਕਿਉਂਕਿ ਰਿਸ਼ਤੇਦਾਰੀਆਂ ਵੀ ਨੇ, ਲੇਕਿਨ ਦੁੱਖ ਇਸ ਗੱਲ ਦਾ ਹੈ ਕਿ ਕਿਸੇ ਨੂੰ ਪਰਸਨਲ ਅਟੈਕ ਨਹੀਂ ਕਰਨਾ ਚਾਹੀਦਾ। ਅਸੀਂ ਤਾਂ ਇਸ ਚੀਜ਼ ਦੇ ਹੱਕ 'ਚ ਵੀ ਨਹੀਂ ਹੈਗੇ ਕਿ ਹਰਮੀਤ ਪਠਾਨ ਮਾਜਰਾ ਉਹਦੇ 'ਤੇ ਪਰਸਨਲ ਚੰਦੂ ਮਾਜਰੇ 'ਤੇ ਅਟੈਕ ਕਰੇ, ਪਰ ਉਹ ਕਿਉਂ ਕਰੇ, ਕੀ ਮਾੜਾ ਦੇਖਿਆ ਉਹਨੇ? ਜੇ ਬੰਦਾ ਇੱਕ ਦੂਜੇ ਦੀਆਂ ਪਰਸਨਲ ਫੁੱਲੇ ਫੁੱਲਣ ਲੱਗ ਜਾਏ ਫਿਰ ਤਾਂ ਬਹੁਤ ਨਿਕਲ ਆਉਣਗੇ। ਇਸ ਕਰਕੇ ਪਰਸਨਲ ਅਟੈਕ ਜਾਂ ਪੋਲਸੀਆਂ ਨੂੰ ਲੈ ਕੇ ਵੀ ਹੈ? ਨਹੀਂ, ਪੋਲਸੀਆਂ ਨੂੰ ਮੈਂ ਤੁਹਾਨੂੰ ਦੱਸਿਆ ਨਾ ਕਿ ਹਲਕੇ ਦਾ ਕੈਂਡੀਡੇਟ ਹੈ, ਸਾਨੂੰ ਹਲਕੇ ਦਾ ਕੈਂਡੀਡੇਟ ਚਾਹੀਦਾ ਸੀ, ਉਹ ਬੜੇ ਚਿਰ ਤੋਂ ਅਸੀਂ ਸਾਡੇ ਮਨ ਦੀ ਇੱਛਾ ਸੀ, ਇਸ ਕਰਕੇ ਅਸੀਂ ਹਰਮੀਤ ਸਿੰਘ ਨੇ ਚੰਦੂ ਮਾਜਰਾ ਹਲਕੇ ਦੇ ਕੈਂਡੀਡੇਟ ਨਹੀਂ ਹੈ ਪਹਿਲਾਂ ਨਹੀਂ ਨਾਲ ਸੀ ਤੁਸੀਂ? ਨਹੀਂ, ਉਹ ਹਲਕੇ ਦਾ ਕੈਂਡੀਡੇਟ ਕਿੱਥੋਂ ਹੈ? ਉਹ ਤਾਂ ਚੰਦੂ ਮਾਜਰਾ ਰਾਜਪੁਰੇ ਪਿੰਡ 'ਚ ਪੈਂਦਾ ਹੈ, ਉਹ ਤਾਂ ਚੰਦੂ ਮਾਜਰਾ ਸਾਹਿਬ ਦਾ ਖੁਦ ਭਾਣਜਾ, ਜਿਹੜਾ ਉਹ ਵੀ ਇਸੇ ਗੱਲ ਤੋਂ ਰੁੱਸਿਆ ਸੀ ਵੀ ਚੰਦੂ ਮਾਜਰਾ ਸਾਹਿਬ ਆਪਣੇ ਹਲਕੇ ਜਾਣ, ਘਨੌਰ ਮੇਰੇ ਲਈ ਖਾਲੀ ਕਰਨ।
वो हल्के दे तो नहीं ना, वो राजपुरे दे ने, राजपुरे जाके इलेक्शन लड़ना चाहिए, उन्हों का बेटा भी इतों लड़ रहा, कोई इस हल्के दे तो है नहीं। A South Asian Canadian channel.